ਅਸਲਾਮ ਵਾਲੇਕੁਮ ਦੋਸਤੋ, ਤੁਸੀਂ ਦੇਖ ਰਹੇ ਹੋ ਹਸੀਨ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਅਮੀਰ ਹਮਜ਼ਾ। ਦੋਸਤੋ, ਸਭ ਤੋਂ ਪਹਿਲੇ ਆਪਣਾ ਚੈਨਲ ਹਸੀਨ ਪੰਜਾਬ ਟੀਵੀ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਦਾ ਬਟਨ ਦਬਾਓ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਅੱਛੀ ਔਰ ਬਿਹਤਰੀਨ ਵੀਡੀਓ ਸਾਡੇ ਵੀਰਾਂ ਤੱਕ ਆਸਾਨੀ ਨਾਲ ਪਹੁੰਚ ਸਕੇ। ਔਰ ਤੁਸੀਂ ਵੀਡੀਓ ਦੇਖੋ, ਸਭ ਤੋਂ ਪਹਿਲੇ ਅੱਜ ਜਨਾਬ ਆਪਣੇ ਵੀਰਾਂ ਭਰਾਵਾਂ ਵਾਸਤੇ ਇੱਕ ਤੀਜਨ ਮੱਝ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਤੀਸਰਾ ਸੂਆ ਸੂਈਏ, ਅੱਜ ਤੀਸਰਾ ਹੀ ਦਿਨ ਹੈ ਸੂਈ ਨੂੰ। 14 ਤੋਂ 15 ਲੀਟਰ ਬੋਲਾ ਹਾਜ਼ਰ ਟਾਈਮ ਮੱਝ ਦੇ ਕੋਲੇ ਮੌਜੂਦ ਹੈਗਾ। ਬਾਕੀ ਕੈਮਰਾਮੈਨ ਸਾਹਿਬ ਜਾਨਵਰ ਦਿਖਾਣਗੇ, ਉਸ ਤੋਂ ਬਾਅਦ ਸਾਰੀਆਂ ਗੱਲਾਂ ਬਾਤਾਂ ਮਾਲਕਾਂ ਦੀ ਜ਼ੁਬਾਨੀ ਮਾਲਕਾਂ ਕੋਲੋਂ ਪੁੱਛ ਲਵਾਂਗੇ ਕੀ ਸਾਨੂੰ ਗਰੰਟੀਆਂ ਦਿੰਦੇ ਨੇ, ਕੀ ਡਿਮਾਂਡ ਕਰਦੇ ਨੇ। ਜਾਨਵਰ ਮਾਸ਼ਾਅੱਲਾ ਬੜਾ ਖੂਬਸੂਰਤ ਹੈ, ਸਿਰ ਦੀ ਥੋੜ੍ਹੀ ਜਿਹੀ ਮੱਝ ਸਾਦੀ ਹੈ, ਬਾਕੀ ਮਾਸ਼ਾਅੱਲਾ ਵਜ਼ਨ ਬੜਾ, ਖੂਨ ਰੱਤ ਬੜਾ, ਥਣ ਬੜਾ ਕਮਾਲ ਲੱਗਿਆ ਹੋਇਆ ਮਾਸ਼ਾਅੱਲਾ, ਪੂਰਾ ਮੁੱਠ ਮੁੱਠ ਦਾ ਥਣ ਹੈ। ਔਰ ਸੋਹਣੀਆਂ ਵਿਰਲਾਂ, ਬਰੀਕ ਚਮੜੀ ਦੀ ਮੱਝ ਜਨਾਬ, ਤੀਸਰਾ ਸੂਆ ਸੂਈਏ, ਇਹਨੂੰ ਟੋਰੋ ਪਾਈ ਜਾਣ। ਅੱਜ ਤੀਸਰਾ ਹੀ ਦਿਨ ਹੈ ਜਨਾਬ ਸੂਈ ਨੂੰ। ਆਰਫ ਵਾਲਾ ਇਸ ਜਾਨਵਰ ਦੀ ਲੋਕੇਸ਼ਨ ਹੈ, ਤਹਿਸੀਲ ਆਰਫ ਵਾਲਾ, ਜ਼ਿਲ੍ਹਾ ਪਾਕਪਤਨ। ਆਪਣੇ ਵੀਰਾਂ ਨੂੰ ਅੱਛੇ ਤੋਂ ਅੱਛਾ ਜਾਨਵਰ ਦਿਖਾਈਦਾ, ਕੋਸ਼ਿਸ਼ ਕਰੀ ਦੀਏ ਕਿ ਆਪਣੇ ਵੀਰਾਂ ਦਾ ਸ਼ੌਕ ਪੂਰਾ ਕਰਵਾਈਏ। ਬਾਕੀ ਜਨਾਬ ਗਵਾਲ ਵਾਲੀ ਮੱਝ ਹੈ, ਦੁੱਧ ਦੀ ਨਹਿਰ ਹੈ, ਇਨਸ਼ਾਅੱਲਾ ਤਾਲਾ 18-19 ਸਿਰ ਇਨਸ਼ਾਅੱਲਾ ਦੁੱਧ ਗੇੜੇਗੀ, ਕਿਉਂਕਿ ਹਾਜ਼ਰ ਟਾਈਮ ਇਹਦੇ ਕੋਲ 14 ਤੋਂ 15 ਲੀਟਰ ਬੋਲਾ ਮੌਜੂਦ ਹੈਗਾ। ਅੱਜ ਤੀਸਰਾ ਹੀ ਦਿਨ ਹੈ ਸੂਈ ਨੂੰ। ਥਣ ਮਾਸ਼ਾਅੱਲਾ ਪਹਿਲਾਂ ਨਾਲ ਝੋਟੀਆਂ ਵਾਲਾ ਲੱਗਿਆ ਹੋਇਆ, ਬੜਾ ਕਮਾਲ ਥਣ ਹੈ, ਪੂਰਾ ਮੁੱਠ ਮੁੱਠ ਦਾ ਥਣ ਲੱਗਿਆ ਹੋਇਆ। ਆ ਕੱਟਾ ਇੱਧਰ ਲਿਆਈ ਬਾਈ, ਆ ਇਹਦੇ ਪਿੱਛੇ ਕੱਟਿਆ ਜੀ। ਅੱਜ ਤੀਸਰਾ ਦਿਨ ਹੈ ਮੱਝ ਸੂਈ ਨੂੰ। ਭਾਈਜਨ ਉਹਦਾ ਮੇਰੇ ਕੋਲ ਆ ਜਾਓ ਇੱਥੇ। ਸਲਾਮ ਅਲੈਕੁਮ ਜੀ। ਵਾਲੇਕੁਮ ਅਸਲਾਮ ਜੀ। ਭਾਈਜਨ ਕੀ ਹਾਲ ਹੈ, ਤਬੀਅਤ ਠੀਕ ਹੈ? ਹਾਂਜੀ, ਅੱਲਾਹ ਦਾ ਸ਼ੁਕਰ ਹੈ। ਮੱਝ ਕੈਮਰੇ ਦੀ ਨਜ਼ਰ ਹੈ, ਕਿਨਵਾ ਸੂਆ ਸੂਈ ਹੈ ਤੇ ਕਦੋਂ ਸੂਈ ਹੈ ਜੀ? ਮੱਝ ਆਪਣੇ ਜੀ ਤੀਸਰਾ ਸੂਆ ਸੂਈ ਹੈ ਜੀ, ਤੇ ਅੱਜ 3 ਦਿਨ ਸੂਈ ਨੂੰ ਹੋਏ ਨੇ। ਠੀਕ ਹੋ ਗਿਆ। ਕਿੰਨਾ ਬੋਲਾ ਚੋਰ ਹੈ ਜੇ, ਤੇ ਸਾਨੂੰ ਕਿੰਨਾ ਚਵਾਓਗੇ ਦੋ ਟਾਈਮ ਦਾ? ਬੋਲਾ ਜੀ ਹਾਜ਼ਰ ਮੌਕੇ ਇਸ ਟਾਈਮ ਜਿਹੜਾ ਨਾ ਜੀ, ਆਪਾਂ 14 ਤੋਂ 15 ਕਿਲੋ ਆਪਾਂ ਗੱਡਵੀ ਨਾਲ ਚਵਾਵਾਂਗੇ। ਠੀਕ ਹੈ। ਜੇ ਕੋਈ 10-15 ਦਿਨ ਠਹਿਰ ਗਈ ਤੇ ਇਨਸ਼ਾਅੱਲਾ ਮੈਂ 18-19 ਕਿਲੋ ਨਾ ਕਰੇ ਤੇ ਅਸੀਂ ਇਸ ਗੱਲ ਦਾ ਜਵਾਬ ਦਾਰ ਦੇਵਾਂਗੇ। ਠੀਕ ਹੋ ਗਿਆ ਜੀ, ਸੋਹਣੀ ਗੱਲ ਹੈ। ਹਾਲੇ ਤਵੇਂ ਨਾ ਮੈਂ ਚਰਾਈ ਵੇਖ ਲੈ ਮੈਂ ਕਿਵੇਂ ਕਰਦੀ ਹੈ। ਕੱਚੀ ਮੈਂ ਸੂਵੇ ਨਾ ਤੇ ਇੱਕ ਵਾਰੀ ਰਾਈ ਤੇ ਪੱਠੇ ਪੂਰੇ ਖਾਵੇ ਤੇ ਉਸ ਤੋਂ ਬਾਅਦ ਦੁੱਧ ਆਉਂਦਾ ਜੀ। ਬਿਲਕੁਲ ਸਹੀ ਗੱਲ ਹੈ, ਤਾਜ਼ੀ ਮੱਝ ਸੂਈ ਹੋਵੇ ਤੇ ਇੱਕ ਵਾਰੀ ਤਾਂ ਜਾਪੇ ਚੋਂ ਨਹੀਂ ਨਿਕਲਦੀ, ਤੇ ਬਾਕੀ ਚਰਾਈ ਵਾਲੀ ਹੋਵੇ ਇਨਸ਼ਾਅੱਲਾ ਦੁੱਧ ਕੱਢ। 14-15 ਲੀਟਰ ਦੁੱਧ ਬੜਾ ਦੁੱਧ ਹੁੰਦਾ ਹੈ। ਇਸ ਟਾਈਮ ਆਪਾਂ ਚੁਵਾਵਾਂਗੇ ਗੱਡਵੀ ਨਾਲ, ਇਹ ਗੱਲ ਨਹੀਂ ਹੈ, ਆਪਾਂ ਤੈਨੂੰ ਵੀਡੀਓ ਦਿੰਦੇ ਪਏ, ਆਪਾਂ ਚੁਵਾਈ ਵੀ ਦੇਣੀ ਹੈ ਤੈਨੂੰ। ਠੀਕ ਹੋ ਗਿਆ ਜੀ। ਹਾਂਜੀ, ਲਓ ਜਨਾਬ ਮਾਲਕਾਂ ਦੀਆਂ ਗੱਲਾਂ ਬਾਤਾਂ ਤੁਸੀਂ ਸੁਣ ਲਈਆਂ ਨੇ, ਤੇ ਭਾਈ ਜਾਨੇ ਦਾ ਕੋਈ ਥਾਣਾ ਦਾ ਵਾਧਾ ਘਾਟਾ, ਕੋਈ ਮਸਲਾ ਮਸਾਇਲ? ਘਾਟਾ ਹੋਵੇ, ਛੱਟਾ ਫੁਆਰਾ ਹੋਵੇ, ਮੱਝ ਆਪਣੀ ਹੈ ਜੀ। ਕਿੰਨਾ ਇਹਦਾ ਮੁੱਲ ਜੀ, ਕਿੰਨੇ ਦੇ ਪੈਸੇ ਨੇ ਦੀਦ ਪਿਆਰ ਵਾਲੇ, ਕਿੰਨੇ ਦੀ ਆਪਾਂ ਫਾਈਨਲ ਵੇਚਣੀ ਹੈ? ਇਹਦਾ ਜੀ 5,20,000 ਰੁਪਇਆ। 5,20,000 ਰੁਪਇਆ ਫਾਈਨਲ, ਆਪਾਂ ਕਿੰਨੇ ਦੀ ਵੇਚਣੀ ਹੈ? ਬਾ ਮੁੱਲ ਤਾਂ ਪੂਰਾ ਕੀਤਾ ਯਾਰ, ਬਾਅਦ ਮੰਗਣ ਨਾਲ ਕਿਹੜਾ ਵੀ ਦੇ ਜਾਂਦੇ, 6 ਲੱਖ ਵੀ ਮੰਗ ਸਕਨੇ। ਉਹ ਤੁਹਾਡੀ ਚੀਜ਼ ਹੈ ਭਾਈ ਜਾਨ, ਜਿੰਨੇ ਮਰਜ਼ੀ ਮੰਗ ਲਓ, ਤੇ ਪੱਕੀ ਜੀ ਗੱਲ ਕਰੋ ਵੀ ਕਿੰਨੇ ਦੀ ਆਪਾਂ ਫਾਈਨਲ ਵੇਚਣੀ ਹੈ। ਪੱਕੀ ਜੀ ਗੱਲ ਹੈ ਜੀ, ਆਪਾਂ ਨਾ ਮੈਂ ਦੇਣੀ ਹੈ 5 ਲੱਖ ਦੀ। ਇਹਦੇ ਵਿੱਚੋਂ ਕੋਈ ਮਜ਼ੀਦ ਕੋਈ ਗੁੰਜਾਇਸ਼, ਕੋਈ 19-20 ਪਿਆਰ ਮੁਹੱਬਤ? ਬਾ 19-20 ਕੋਈ ਹੋ ਜਾ, ਅਸੀਂ ਫਾਈਨਲ 90,000 ਦੀ ਲੱਭੇਗੀ, 4,90,000 ਦੀ ਫਾਈਨਲ ਹੈ। ਠੀਕ ਹੋ ਗਿਆ ਜੀ। ਹਾਂਜੀ, ਕੋਈ ਕਾਰਾਂ ਦਾ ਦੀਦ ਪਿਆਰ ਹੋ ਜਾਏਗਾ, 19-20 ਹੋਵੇਗਾ, ਔਰ ਆਪਾਂ ਲੰਮੀਆਂ ਛਾਲਾਂ ਕੋਈ ਨਹੀਂ ਹੈ। ਠੀਕ ਹੋ ਗਿਆ। ਹਾਂਜੀ, ਲਓ ਜਨਾਬ ਮਾਲਕਾਂ ਦੀਆਂ ਗੱਲਾਂ ਬਾਤਾਂ ਸੁਣ ਲਈਆਂ ਨੇ। ਤੀਸਰਾ ਸੂਆ ਮੱਝ ਸੂਈਏ, ਅੱਜ ਤੀਸਰਾ ਹੀ ਦਿਨ ਹੈ। 14 ਤੋਂ 15 ਲੀਟਰ ਬੋਲਾ ਹਾਜ਼ਰ ਟਾਈਮ ਮੱਝ ਦੇ ਕੋਲੇ ਮੌਜੂਦ ਹੈ। 10 ਤੋਂ 12 ਦਿਨ ਬਾਅਦ ਮਾਲਕਾਂ ਦੀ ਆਵਾਜ਼ ਹੈ ਕਿ 18 ਤੋਂ 19 ਸਿਰ ਦੁੱਧ ਕਰੇਗੀ ਸਾਡੀ ਮੱਝ। 5,20,000 ਰੁਪਇਆਂ ਦੀ ਡਿਮਾਂਡ ਕਰਦੇ ਨੇ ਤੇ 4,90,000 ਰੁਪਇਆ ਫਿਲ ਵਕਤ ਫਾਈਨਲ ਹੈ।
ਮਜ਼ੀਦ ਵੀ ਅਸੀਂ ਇਨਸ਼ਾਅੱਲਾ ਤਾਲਾ ਗੁੰਜਾਇਸ਼ ਕਢਾਵਾਂਗੇ। ਬਾਕੀ ਅਸੀਂ ਮੱਝ ਦੀ ਚਵਾਈ ਦੀ ਵੀਡੀਓ ਜਨਾਬ ਲਹਿਦਾ ਬਣਾਵਾਂਗੇ। ਕਿਸੇ ਵੀਰ ਭਰਾ ਨੂੰ ਚਾਹੀਦੀ ਹੋਵੇ ਵਟਸਐਪ ਜਨਾਬ ਕਰਵਾ ਸਕਦਾ ਵੀਡੀਓ, ਕਿਉਂਕਿ ਹੁਣ ਅਗਰ ਵੀਡੀਓ ਬਣਾਉਣੇ ਆ ਵੀਡੀਓ ਲੰਬੀ ਹੋਵੇਗੀ। 4,90,000 ਦੇ ਵਿੱਚੋਂ ਮਜ਼ੀਦ ਅਸੀਂ ਇਨਸ਼ਾਅੱਲਾ ਤਾਲਾ ਗੁੰਜਾਇਸ਼ ਕਢਾਵਾਂਗੇ। ਅਗਰ ਕਿਸੇ ਵੀਰ ਭਰਾ ਨੇ ਜਾਨਵਰ ਖਰੀਦਣਾ ਹੈ ਰਾਬਤਾ ਨੰਬਰ 0312-612-2054 0312-612-2054 ਇਸ ਨੰਬਰ 'ਤੇ ਵਟਸਐਪ ਬਣੀਏ। ਅਗਰ ਸਾਡੀ ਅੱਜ ਵਾਲੀ ਵੀਡੀਓ ਪਸੰਦ ਆਏ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਹੈ। ਜ਼ਿੰਦਗੀ ਰਹੀ ਤਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਆਪਣੇ ਮੇਜ਼ਬਾਨ ਅਮੀਰ ਹਮਜ਼ਾ ਨੇ ਦਿਓ ਇਜਾਜ਼ਤ। ਅੱਲਾ ਹਾਫਿਜ਼।